ਫਤਿਹਗੜ੍ਹ ਚੂੜੀਆਂ 'ਚ ਬੀਤੇ ਕੱਲ੍ਹ ਭਗਵੰਤ ਮਾਨ ਦੇ ਰੋਡ ਸ਼ੋਅ 'ਚ ਹੋਇਆ ਲਾਮਿਸਾਲ ਇਕੱਠ। ਬਲਬੀਰ ਸਿੰਘ ਪੰਨੂ ਦਾ ਸਿਆਸੀ ਕੱਦ ਹੋਇਆ ਉੱਚਾ। ਰੋਡ ਸ਼ੋਅ 'ਚ ਪਹੁੰਚੇ ਪਾਰਟੀ ਦੇ ਵੱਖ ਵੱਖ ਆਗੂਆਂ ਨੇ ਆਪਣੇ ਰੋਡ ਸ਼ੋਅ 'ਚ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਇਸ ਰੋਡ ਸ਼ੋਅ 'ਚ ਲੋਕਾਂ ਦਾ ਹੜ੍ਹ ਆਇਆ ਹੈ ਉਸ ਨੂੰ ਦੇਖਦੇ ਹੋਏ ਸ਼ਹਿਰੀ ਕਲਸੀ ਦੀ ਜਿੱਤ ਪੱਕੀ ਲੋਹੇ ਵਾਂਗ ਦਿਖਾਈ ਦੇ ਰਹੀ ਹੈ। ਬੀਤੇ ਕੱਲ ਸੀਐਮ ਭਗਵੰਤ ਮਾਨ ਦਾ ਸ਼ਹਿਰੀ ਕਲਸੀ ਦੇ ਹੱਕ 'ਚ ਕੀਤਾ ਗਿਆ ਰੋਡ ਸ਼ੋਅ, ਜੋ ਲਾਮਿਸਾਲ ਸੀ ਅਤੇ ਵੱਡੀ ਗਿਣਤੀ ਵਿੱਚ ਹਲਕਾ ਫਤਿਹਗੜ੍ਹ ਚੂੜੀਆਂ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਵੱਧ ਚੜ੍ਹ ਕੇ ਸ਼ਾਮਲ ਹੋਏ ਅਤੇ ਇਸ ਮੌਕੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਅਤੇ ਜੋਸ਼ ਦਿਖਾਈ ਦਿੱਤਾ ਅਤੇ ਇਹ ਜੋਸ਼ ਹੋਰ ਵੀ ਉਸ ਵੇਲੇ ਵੱਡਾ ਹੋ ਗਿਆ ਜਦੋਂ ਸੀਐਮ ਮਾਨ ਨੇ ਕਿਹਾ ਕਿ ਫਤਿਹਗੜ੍ਹ ਚੂੜੀਆਂ ਵਾਲਿਓ, ਤੁਹਾਡਾ ਇਕੱਠ ਵੇਖ ਸ਼ਹਿਰੀ ਕਲਸੀ ਦੀ ਚਿੱਤ ਦਿਖਾਈ ਦੇ ਰਹੀ ਹੈ। ਇਸ ਮੌਕੇ ਸੀਐਮ ਮਾਨ ਵੱਲੋਂ ਬਲਬੀਰ ਸਿੰਘ ਪੰਨੂ ਨੂੰ ਥਾਪੜਾ ਵੀ ਦਿੱਤਾ ਗਿਆ। ਬਲਬੀਰ ਸਿੰਘ ਪੰਨੂ ਦੀ ਅਗਵਾਈ ਦੇ ਵਿੱਚ ਸੀਐਮ ਸਰਦਾਰ ਭਗਵੰਤ ਸਿੰਘ ਦਾ ਸਵਾਗਤ ਕਰਨ ਵਾਸਤੇ। ਤੁਸੀਂ ਵੇਖਿਓ ਕਿ ਇਸ ਹਲਕੇ ਤੋਂ ਸ਼ਹਿਰੀ ਕਲਸੀ 25 ਤੋਂ 30 ਹਜ਼ਾਰ ਦੀ ਲੀਡ ਲੈ ਕੇ ਲੋਕ ਸਭਾ ਵਿੱਚ ਪਹੁੰਚਣਗੇ। ਹਾਂਜੀ, ਸੀਐਮ ਸਾਹਿਬ ਅੱਜ ਫਤਿਹਗੜ੍ਹ ਚੂੜੀਆਂ ਕੰਪੇਨਿੰਗ ਲਈ ਆ ਰਹੇ ਹੋ, ਕਿਸ ਤਰ੍ਹਾਂ ਦੇਖਦੇ ਹੋ? ਬਹੁਤ ਬਹੁਤ ਧੰਨਵਾਦ ਪਹਿਲਾਂ ਤੇ ਤੁਹਾਡਾ ਮੀਡੀਆ ਚੈਨਲਾਂ ਦਾ। ਅਸੀਂ ਅੱਜ ਤੁਸੀਂ ਵੇਖ ਸਕਦੇ ਲੋਕਾਂ ਦਾ ਹੜ੍ਹ ਆਇਆ, ਬਹੁਤ ਹੀ ਜ਼ਿਆਦਾ ਖੁਸ਼ੀ ਦੀ ਲਹਿਰ ਹੈ। ਇਹ ਹੜ੍ਹ ਇਹ ਦਰਸਾਉਂਦਾ ਹੈ ਕਿ ਸ਼ਹਿਰੀ ਕਲਸੀ ਬਹੁਤ ਵੱਡੀ ਲੀਡ ਦੇ ਨਾਲ ਗੁਰਦਾਸਪੁਰ ਹਲਕੇ ਚੋਂ ਸੀਟ ਕੱਢ ਰਹੇ ਨੇ। ਸਾਡਾ ਅਗਲਾ ਐਮ ਪੀ ਸ਼ਹਿਰੀ ਕਲਸੀ ਹੋਊਗਾ। ਫਤਿਹਗੜ੍ਹ ਚੂੜੀਆਂ ਤੋਂ ਕਿਤਨਾ ਦੇ ਆ ਸ਼ਹਿਰੀ ਕਲਸੀ? ਫਤਿਹਗੜ੍ਹ ਚੂੜੀਆਂ ਤੋਂ ਸਰਦਾਰ ਬਲਬੀਰ ਸਿੰਘ ਪੰਨੂ ਦੀ ਅਗਵਾਈ ਹੇਠ 15 ਤੋਂ 20 ਹਜ਼ਾਰ ਪਲੱਸ ਦੀ ਲੀਡ ਆਊਗੀ ਜੀ। ਹਾਂਜੀ, ਕਿਤਨਾ ਦਾ ਮਾਹੌਲ ਹੈ ਜੀ? ਬਹੁਤ ਵਧੀਆ ਮਾਹੌਲ ਹੈ ਜੀ। ਮਾਹੌਲ ਤੁਸੀਂ ਵੇਖ ਰਹੇ ਹੋ ਬਾਠ ਸਾਹਿਬ ਕਿ ਸਾਰੇ ਪਾਸੇ ਜਿਹੜਾ ਠਾਠਾ ਮਾਰਦਾ ਕੱਢ ਸਰਦਾਰ ਸੀਐਮ ਮਾਨ ਸਾਹਿਬ ਦੀ ਅਗਵਾਈ ਵਿੱਚ, ਸਰਦਾਰ ਬਲਬੀਰ ਸਿੰਘ ਪੰਨੂ ਸਾਹਿਬ ਦੀ ਚੇਅਰਮੈਨ ਪੰਸਲ ਪੰਜਾਬ ਦੀ ਅਗਵਾਈ ਦੇ ਵਿੱਚ ਸ਼ਹਿਰੀ ਕਲਸੀ ਦੇ ਰੋਡ ਸ਼ੋਅ ਦੇ ਸ਼ਾਮਲ ਹੋਣ ਵਾਸਤੇ ਆਇਆ ਵਾ। ਤਕਰੀਬਨ 20 ਤੋਂ 25 ਹਜ਼ਾਰ ਦੀ ਸੰਗਤ ਆ, ਉਹ ਸਰਦਾਰ ਬਲਬੀਰ ਸਿੰਘ ਪੰਨੂ ਸਾਹਿਬ ਚੇਅਰਮੈਨ ਦੀ ਅਗਵਾਈ ਵਿੱਚ ਆਈ ਹੈ।